कचहरियां च मेले लगदे। जज साहब, इस फिल्म दे विच एक हीरो है ते एक हीरोइन, ते हीरो हीरोइन नू मिलन उहदे घर जांदा है ते हीरोइन उत्थे नहा रही है। ओ नहीं जज साहब, ओह तां सैर करन गई है। यार सैर करन नहा के जाऊगी? जज साहब, नहा तां सवेरे 6 बजे लैंदी है। ते यार तुसीं शूटिंग 6 बजे शुरू कर दिओ। ओहो जज साहब, छड्डो तुसीं हीरोइन दे नहाउण तों की लेणा गा, हो सकदा हीरोइन नहाउंदी ना होवे। क्या बात है भी, जे नहाते बिना कुड़ी इन्नी सोहनी है ते जे नाल वे ते की होगा? ए तुसी स्टोरी 6 बजे क्यों नहीं शुरू कर दिंदे जी? जज साहब, बजट वध जाना है। जज साहब, इन्हां ने एदा ही मेरे मुवक्किल नूं कह के 2 करोड़ दा बजट दस्या, फिर ओहदे विच चीज़ां ऐड करवा करवा के उहनूं 12 करोड़ तक पहुंचा दित्ता, पर फिर भी उस पिक्चर दे विच कोई ग्लैमरस सीन किते नजर नहीं आया। मैनूं नहीं पता जज साहब, मेरे तां पैसे वापस कराओ। ओ चिंगारी लाल जी, की कर रहे हैं, मैनूं अगली कहानी सुन लैन दिओ प्लीज। हां जी हां जी, दिल खोल के जी, ਤੁਸੀਂ ਸਵੇਰੇ ਸਵੇਰੇ ਸ਼ੂਟਿੰਗ ਕਿਉਂ ਨਹੀਂ ਰੱਖ ਸਕਦੇ, ਦੱਸ ਸਕਦੇ ਹੋ ਜ਼ਰਾ? ਮੈਡਮ ਜੀ, ਸਾਡੇ ਕੈਮਰਾਮੈਨ ਦੀ ਸ਼ਿਫਟ ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ। ਬਿਲਕੁਲ ਜੱਸ ਸਾਹਿਬ, ਮੇਰੇ ਮੋਕਿਲ ਦੇ ਕੈਮਰਾਮੈਨ ਦੀ ਸ਼ਿਫਟ 9 ਵਜੇ ਦੀ ਹੁੰਦੀ ਹੈ, ਤੇ ਤੁਸੀਂ 9 ਨੂੰ ਉਲਟਾ ਕਿਉਂ ਕਰ ਰਹੇ ਹੋ? ਜੇ 9 ਨੂੰ ਉਲਟਾ ਕਰੋਗੇ ਤਾਂ 6 ਵਜੇ ਬੁਲਾਓਗੇ, ਉਹ ਫਿਰ ਸਾਰੇ ਕੰਮ ਉਲਟੇ ਹੀ ਹੋਣਗੇ। ਉਹ ਫਿਰ ਯਾਰ, ਤੁਸੀਂ CCTV ਕੈਮਰੇ ਤੇ ਸ਼ੂਟ ਕਰ ਲਓ। ਜੱਸ ਸਾਹਿਬ, ਮੇਰੇ ਮੋਕਿਲ ਨੇ ਫਿਲਮ ਰਿਲੀਜ਼ ਕਰਨੀ ਹੈ, ਸੋਸ਼ਲ ਮੀਡੀਆ ਤੇ ਲੀਕ ਨਹੀਂ ਕਰਨੀ। ਔਰ ਔਰ ਉਹ ਫਿਰ ਇੱਦਾਂ ਕਰੋ ਯਾਰ, ਤੁਸੀਂ ਨਾ ਦੁਪਹਿਰ ਦੀ ਸ਼ੂਟਿੰਗ ਰੱਖ ਲਓ, ਉਦੋਂ ਕੈਮਰਾਮੈਨ ਵੀ ਅਵੇਲੇਬਲ ਹੋਣਗੇ ਅਤੇ ਹੀਰੋਇਨ ਵੀ ਘਰ ਹੋਊਗੀ। ਕਿਉਂ ਜੀ, ਠੀਕ ਹੈ? ਕੀ ਗੱਲ ਜੱਜ ਸਾਹਿਬ, ਅੱਜ ਆਪਣੇ ਆਪ ਹੀ ਚਾਹ ਮੰਗਵਾ ਲਈ, ਫੈਸਲਾ ਨਹੀਂ ਕਰ ਪਾ ਰਹੇ? ਓਏ ਮੇਰੀ ਸੱਸ ਦੀ ਵੱਡੀ ਕੁੜੀ ਦੇ ਛੋਟੇ ਭਰਾ, ਉਹ ਮੈਂ ਨਹੀਂ ਚਾਹ ਪੀਣੀ, ਡਾਇਰੈਕਟਰ ਨੂੰ ਬੁਲਾ। ਲੋ ਜਨਾਬ, ਗਰਮ ਗਰਮ ਚਾਹ ਪੀਓ। ਥੈਂਕ ਯੂ ਬਾਬਾ ਵਕੀਲ। ਚਲੋ ਸੁਣਾਓ ਜੀ ਹੁਣ ਅੱਗੇ। ਜੱਜ ਸਾਹਿਬ, ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਅੱਜ ਮੈਂ ਕੋਰਟ 'ਚ ਹੀ ਰੁਕ ਜਾ। ਉਹ ਕੀ ਗੱਲ ਹੈ ਨਾ, ਮੈਂ ਇਸ ਮੋਟੂ ਦੀ ਨਾ ਦੁੱਖ ਭਰੀ ਕਹਾਣੀ ਸੁਣਨੀ ਹੈ। ਉਹ ਇਹਨੇ ਤਾਂ ਸਾਰਿਆਂ ਨੂੰ ਦੁਖੀ ਕੀਤਾ, ਚੱਲ ਤੂੰ ਵੀ ਬਹਿ ਜਾ, ਪਰ ਇੱਕ ਗੱਲ ਸੁਣ ਲੈ, ਫੈਸਲਾ ਉਹੀ ਹੋਊਗਾ ਜੋ ਮੈਂ ਚਾਹੂੰਗਾ। ਜੱਜ ਸਾਹਿਬ, ਅੱਗੇ ਸ਼ੁਰੂ ਕਰੀਏ? ਹਾਂ ਜੀ ਸੁਣਾਓ। ਜੱਜ ਸਾਹਿਬ ਹੀਰੋ ਹੀਰੋਇਨ ਦੇ ਘਰ ਜਾਂਦਾ ਹੈ ਤੇ ਅੱਗੇ ਗਾਣਾ ਚੱਲ ਰਿਹਾ ਹੈ, ਕੁੰਡੀ ਨਾ ਖੜਕਾ ਸੋਹਣਿਆ ਸਿੱਧਾ ਅੰਦਰ ਆ। ਲੱਗਦਾ ਇੱਥੇ ਇੱਥੇ ਹੁਣ ਹੀਰੋਇਨ ਆ ਰਹੀ ਹੈ। ਉਹ ਨਹੀਂ ਜੱਜ ਸਾਹਿਬ, ਗਾਣਾ ਰੇਡੀਓ ਤੇ ਲੱਗਾ ਹੈ ਤੇ ਰੇਡੀਓ ਹੀਰੋਇਨ ਨੇ ਆਫ ਕੀਤਾ ਹੋਇਆ ਹੈ। ਜੀ ਰੇਡੀਓ ਆਫ ਹੈ ਤਾਂ ਇਹ ਕਿੱਦਾਂ ਪਤਾ ਲੱਗਿਆ ਕਿ ਇਹ ਗਾਣਾ ਇਸ ਟਾਈਮ ਰੇਡੀਓ ਤੇ ਚੱਲ ਰਿਹਾ ਹੈ? ਕਿਉਂਕਿ ਮੈਡਮ ਜੀ, ਹੀਰੋ ਦਾ ਰੇਡੀਓ ਆਨ ਹੈ, ਉਹ ਸੇਮ ਗਾਣਾ ਸੁਣ ਰਿਹਾ ਹੈ। ਉਹ ਹੀਰੋ ਤੇ ਹੀਰੋਇਨ ਦਾ ਚੈਨਲ ਵੱਖਰਾ ਵੱਖਰਾ ਵੀ ਤਾਂ ਹੋ ਸਕਦਾ ਯਾਰ। ਬਿਲਕੁਲ ਰਾਈਟ ਜੱਜ ਸਾਹਿਬ, ਅਲੱਗ ਅਲੱਗ ਚੈਨਲ ਤੇ ਅਲੱਗ ਅਲੱਗ ਗਾਣੇ ਚੱਲਦੇ ਹੁੰਦੇ ਆ। ਉਹ ਯਾਰ, ਉਹਨਾਂ ਦੇ ਏਰੀਆ 'ਚ ਇੱਕੋ ਨੈਟਵਰਕ ਚੱਲਦਾ ਰੇਡੀਓ ਦਾ। ਔਰ ਔਰ ਯਾਰ, ਜੱਜ ਸਾਹਿਬ ਮਾਫ ਕਰਨਾ, ਜੇ ਤੁਹਾਡੀ ਗੱਲ ਲੰਬੀ ਚੱਲੂਗੀ ਤਾਂ ਮੈਨੂੰ ਮੰਜਾ ਹੀ ਮੰਗਾ ਦਿਓ, ਮੈਂ ਤੂੰ ਹੀ ਸਿੱਧੀ ਕਰ ਲਾਂ। ਤੂੰ ਇੱਦਾਂ ਕਰ, ਇੱਥੇ ਨਾ ਜੀਵ ਨਾ ਪੋਚੇ ਲਾ ਲੈ, ਉਹਨਾਂ ਵੀ ਬੰਦਾ ਰਿਲੈਕਸ ਹੋ ਜਾਂਦਾ। ਚੁੱਪ ਕਰ ਖੜਾ। ਓ ਯਾਰ, ਤੂੰ ਛੇਤੀ ਹੀਰੋਇਨ ਨੂੰ ਆ, ਮੇਰਾ ਟਾਈਮ ਤੇ ਸਵਾਦ ਖਰਾਬ ਨਾ ਕਰ ਯਾਰ। ਜੱਜ ਸਾਹਿਬ, ਤੁਹਾਨੂੰ ਕੁਝ ਜ਼ਿਆਦਾ ਹੀ ਕਾਲੀ ਨਹੀਂ ਪਈ ਹੀਰੋਇਨ ਨੂੰ ਹੋਣ ਦੀ? ਚਿਹਰਿਆਂ 'ਚ ਮੇਲੇ ਲੱਗਦੇ।